ਹੈਲੋ एवरीवन ਥਿਸ ਇਜ਼ ਸਾਖਸ਼ੀ ਅਗਰਵਾਲ ਫ্রম ਮਲੇਰ ਕੋਟਲਾ ਆਈ ਵੈਲਕਮ ਯੂ ਆਲ ਔਨ ਮਿਹਨਤੀ ਬੱਚੇ ਆਈ ਹੋਪ ਯੂ ਆਲ ਆਰ ਡੂਇੰਗ ਵੈਲ ਤੁਸੀਂ ਆਪਣਾ ਆਪਣੀ ਫੈਮਲੀ ਦਾ ਧਿਆਨ ਬਹੁਤ ਵਧੀਆ ਢੰਗ ਨਾਲ ਰੱਖ ਰਹੇ ਹੋਗੇ ਤੇ ਜਿਹੜੇ ਵੀ ਐਗਜ਼ਾਮ ਦੀ ਤੁਸੀਂ ਤਿਆਰੀ ਕਰ ਰਹੇ ਹੋ ਤੁਹਾਡੀ ਤਿਆਰੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਅੱਜ ਇਸ ਲੈਕਚਰ ਦੇ ਵਿੱਚ ਆਪਾਂ ਇੱਕ ਕਾਫੀ ਇੰਪੋਰਟੈਂਟ ਟਾਪਿਕ ਡਿਸਕਸ ਕਰਨ ਜਾ ਰਹੇ ਹਾਂ ਟਾਪਿਕ ਦਾ ਨਾਮ ਹੈ ਵੋਲਕੈਨਿਜ਼ਮ ਵੋਲਕੈਨਿਜ਼ਮ ਫਿਜ਼ੀਕਲ ਜੀਓਗ੍ਰਾਫੀ ਦਾ ਤੁਹਾਡਾ ਇੱਕ ਬਹੁਤ ਇੰਪੋਰਟੈਂਟ ਪਾਰਟ ਹੈ ਓਕੇ ਸੋ ਇਹਦੇ ਵਿੱਚ ਆਪਾਂ ਦੇਖਾਂਗੇ ਕਿ ਵੋਲਕੈ ਪਾਰਟਸ ਕੀ ਹੈ ਵੋਲਕੇਨੋ ਦੇ ਕੋਈ ਪਾਰਟਿਕੂਲਰ ਵੋਲਕੇਨੋ ਦਾ ਕਿਹੜੇ-ਕਿਹੜੇ ਪਾਰਟਸ ਹੁੰਦੇ ਆ ਉਹ ਤੋਂ ਬਾਅਦ ਮੈਗਮਾ ਤੇ ਲਾਵਾ ਦੇ ਵਿੱਚ ਕੀ ਡਿਫਰੈਂਸ ਹੈ ਥੈਨ ਟਾਈਪਸ ਆਫ ਵੋਲਕੇਨੋਸ ਡਿਸਕਸ ਕਰਾਂਗੇ ਜਾਂ ਫਿਰ ਆਪਾਂ ਬੋਲ ਸਕਦੇ ਕਲਾਸੀਫਿਕੇਸ਼ਨ ਆਫ ਵੋਲਕੇਨੋਸ ਦੇਖਾਂਗੇ ਉਹ ਤੋਂ ਬਾਅਦ ਵੋਲਕੇਨਿਕ ਇਰਪਸ਼ਨ ਦੇ ਕੀ ਕੌਜ਼ਸ ਹੈ ਕਿਉਂ ਹੁੰਦਾ ਹੈ ਉਹਦੇ ਬਾਰੇ ਡਿਸਕਸ ਕਰਾਂਗੇ ਥੈਨ ਪੋਜ਼ਿਟਿਵ ਤੇ ਨੈਗੇਟਿਵ ਇਫੈਕਟਸ ਕੀ ਪੈਂਦੇ ਆ এনवायरमेंट ਤੇ ਜਾਂ ਬਾਕੀ ਦੇ ਵੋਲਕੇਨਿਕ ਇਰਪਸ਼ਨ ਹੋਣ ਦੇ ਨਾਲ ਉਹ ਦੇਖਾਂਗੇ ਉਹ ਤੋਂ ਬਾਅਦ ਐਂਡ ਦੇ ਵਿੱਚ ਦੇਖਾਂਗੇ ਲੋਕੇਸ਼ਨ ਆਫ ਵੋਲਕੇਨੋਸ ਵੀ ਵਰਡ ਦੇ ਵਿੱਚ ਤੇ ਇੰਡੀਆ ਦੇ ਵਿੱਚ ਵੋਲਕੇਨੋਸ ਕਿੱਥੇ ਕਿੱਥੇ ਨੇ ਸੋ ਲੈਕਚਰ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਿਕੋਜ਼ ਇਹ ਕਾਫੀ ਇੰਪੋਰਟੈਂਟ ਲੈਕਚਰ ਹੈ ਇਸ ਤੋਂ ਇਲਾਵਾ ਤੁਹਾਨੂੰ ਚੈਨਲ ਉੱਪਰ ਹੋਰ ਵੀ ਕਾਫੀ ਸਾਰਾ ਮਟੀਰੀਅਲ ਮਿਲ ਜੂਗਾ ਲਾਈਕ ਪੋਲੀਟੀ ਹਿਸਟਰੀ ਥੈਨ এনवायरमेंट ਓਕੇ ਪੰਜਾਬ ਦੇ ਉੱਪਰ ਹਿਸਟਰੀ ਦੇ ਉੱਪਰ ਥੈਨ ਪੰਜਾਬ ਸਟੈਟਿਕ ਜੀਕੇ ਇਕਨੋਮਿਕਸ ਰੀਜ਼ਨਿੰਗ ਜਾਂ ਫਿਰ ਤੁਸੀਂ ਪ੍ਰਿੰਸੀਪਲ ਐਟ ਮਾਸਟਰ ਬੀਪੀਓ ਦੀ ਤਿਆਰੀ ਕਰ ਰਹੇ ਹੋ ਤਾਂ ਟੈਸਟ ਸੀਰੀਜ਼ ਵੀ ਪਰਚੇਸ ਕਰ ਸਕਦੇ ਹੋ 8054070091 ਦੇ ਉੱਪਰ WhatsApp ਕਰਕੇ ਜਾਂ ਫਿਰ ਮਹਿੰਤੀ ਬਚੈਟ ਦਰੇ gmail.com ਦੇ ਉੱਪਰ ਈਮੇਲ ਕਰਕੇ ਓਕੇ ਸੋ ਆਉਣ ਵਾਲੇ ਟਾਈਮਸ ਕਾਫੀ ਸਾਰਾ ਅੱਛਾ ਮਟੀਰੀਅਲ ਤੁਹਾਡੇ ਲਈ ਹੋਰ ਅਪਲੋਡ ਹੋਣ ਵਾਲਾ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਗਰ ਵੀਡੀਓਜ਼ ਅੱਛੀਆਂ ਲੱਗਦੇ ਹੈ ਲਾਈਕ ਕਰੋ ਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਸੋ ਸਭ ਤੋਂ ਪਹਿਲਾ ਤਾਂ ਦੇਹੀ ਦਿਮਾਗ ਚ ਕੁਐਸਚਨ ਆਉਂਦਾ ਹੈ ਕਿ ਵੋਲਕੇਨੋ ਹੈ ਇਹ ਹੁੰਦਾ ਕੀ ਹੈ ਹੁਣ ਸਪੋਜ਼ ਕਰੋ ਆਪਾਂ ਇਹਨੂੰ ਸਭ ਤੋਂ ਪਹਿਲਾਂ ਤਾਂ ਲੇਮਨ ਟਰਮ ਚ ਸਮਝਦੇ ਆਂ ਉਹ ਤੋਂ ਬਾਅਦ ਦੇਖਾਂਗੇ ਕਿ ਡੈਫੀਨੇਸ਼ਨ ਕੀ ਲਿਖੀ ਹੋਈ ਹੈ ਹੁਣ ਅਗਰ ਇਹ ਅਰਥ ਹੈ ਠੀਕ ਹੈ ਤੇ ਅਰਥ ਦੇ ਉੱਪਰ ਸਪੋਜ਼ ਕੋਈ ਵੀ ਓਪਨਿੰਗ ਹੈ ਤੇ ਉਹ ਓਪਨਿੰਗ ਦੇ ਥਰੂ ਜਿਹੜਾ ਅਰਥ ਦੇ ਅੰਦਰ ਮੋਲਟਨ ਮਟੀਰੀਅਲ ਹੈ ਜਾਂ ਗੈਸਿਸ ਹੈ ਉਹ ਬਾਹਰ ਨਿਕਲ ਰਹੀਆਂ ਨੇ ਉਹਨੂੰ ਆਪਾਂ ਕੀ ਬੋਲਦੇ ਆਂ ਵੋਲਕੇਨੋ ਸੋ ਵੋਲਕੇਨੋ ਕੀ ਹੁੰਦਾ ਹੈ ਵੋਲਕੈਨੋ ਇੱਕ ਐਸੀ ਓਪਨਿੰਗ ਹੈ ਇੱਕ ਐਸਾ ਵੈਂਟ ਹੈ ਅਰਥ ਦੇ ਕਰਸਟ ਦੇ ਉੱਪਰ ਜਿਹਦੇ ਥਰੂ ਲਾਵਾ 애ਸ਼ ਰੌਕਸ ਯਾ ਗੈਸਿਸ ਹੈ ਜਿਹੜੀਆਂ ਇਰਪਟ ਹੋਣ ਬਾਹਰ ਆਣ ਠੀਕ ਹੈ ਇਹ ਹੋ ਗਈ ਡੈਫੀਨੇਸ਼ਨ ਵੋਲਕੈਨੋ ਦੀ ਆਈ ਹੋਪ ਤੁਹਾਨੂੰ ਸਮਝ ਲੱਗ ਗਈ ਹੋਗੀ ਸੈਕਿੰਡ ਇੰਪੋਰਟੈਂਟ ਕਨਸੈਪਟ ਹੈ ਮੈਗਮਾ ਤੇ ਲਾਵਾ ਦੇ ਵਿੱਚ ਕੀ ਫਰਕ ਹੈ ਮੈਗਮਾ ਤੇ ਲਾਵਾ ਦੋਨੋਂ ਵੋਲਕੈਨੋ ਦਾ ਇੰਪੋਰਟੈਂਟ ਪਾਰਟ ਹੈ ਇਹਨਾਂ ਵਿੱਚ ਫਰਕ ਕਿ ਹੁੰਦਾ ਹੈ ਦੇਖੋ ਹੁਣ ਮੈਂ ਤੁਹਾਨੂੰ ਦੱਸਿਆ ਵੋਲਕੇਨੋ ਕੀ ਹੁੰਦਾ ਕੋਈ ਐਸੀ ਓਪਨਿੰਗ ਅਰਥ ਦੇ ਸਰਫੇਸ ਤੇ ਜਿਹਦੇ ਥਰੂ ਜਿਹੜਾ ਮੋਲਟਨ ਗੈਸਿਸ ਐ ਐਸ਼ੀਜ਼ ਐ ਰੌਕਸ ਐ ਉਹ ਬਾਹਰ ਨਿਕਲਦਿਆਂ ਨੇ ਠੀਕ ਐ ਹੁਣ ਜਿਹੜਾ ਉਹ ਮਟੀਰੀਅਲ ਐ ਜਿਹਦੇ ਬਾਹਰ ਨਿਕਲਣ ਦੀ ਆਪਾਂ ਗੱਲ ਕਰ ਰਹੇ ਸੀ ਅਰਥ ਦੇ ਅੰਦਰੋਂ ਜਿਹੜਾ ਅਰਥ ਦੇ ਸਰਫੇਸ ਦੇ ਉੱਪਰ ਆਂਦਾ ਉਹ ਮਟੀਰੀਅਲ ਨੂੰ ਆਪਾਂ ਕੀ ਬੋਲਦੇ ਆ ਮੈਗਮਾ ਓਕੇ ਸੋ ਮੈਗਮਾ ਇਜ਼ ਅ ਟਰਮ ਯੂਜ਼ ਟੂ ਡਿਨੋਟ ਦਾ ਮੋਲਟਨ ਰੌਕਸ ਐਂਡ ਰਿਲੇਟਿਡ ਮਟੀਰੀਅਲ ਸੀਨ ਇਨਸਾਈਡ ਅਰਥ ਠੀਕ ਐ ਇੰਨਾ ਸਮਝ ਆ ਗਿਆ ਔਰ ਤੋਂ ਬਾਅਦ ਸੈਕਿੰਡ ਕੀ ਹੈ ਕਿ ਜਿਹੜਾ ਮੈਗਮਾ ਹੈ ਉਹ ਕਿੱਥੇ ਪਾਇਆ ਜਾਂਦਾ ਹੈ ਉਹ ਮੈਂਟਲ ਅਰਥ ਦੇ ਵਿੱਚ ਡਿਫਰੈਂਟ ਡਿਫਰੈਂਟ ਲੇਅਰਸ ਹਨ ਕੋਰ ਕਰਸਟ ਮੈਂਟਲ ਓਕੇ ਸੋ ਮੈਂਟਲ ਦੇ ਜਿਹੜਾ ਵਿਕਰ ਜ਼ੋਨ ਹੁੰਦਾ ਜਿਹਨੂੰ ਆਪਾਂ ਐਸਥੈਨੋਸਫੀਅਰ ਬੋਲਦੇ ਆ ਬੇਸਿਕਲੀ ਉਹ ਸੋਰਸ ਹੈ ਮੈਗਮਾ ਦਾ ਓਕੇ ਇਹ ਵੀ ਪੁਆਇੰਟ ਤੁਸੀਂ ਯਾਦ ਰੱਖਿਓ ਹੁਣ ਲਾਵਾ ਕੀ ਹੁੰਦਾ ਸੋ ਜਦੋਂ ਤੱਕ ਤਾਂ ਮੋਲਟਨ ਮਟੀਰੀਅਲ ਅਰਥ ਦੇ ਅੰਦਰ ਸੀ ਉਦੋਂ ਤੱਕ ਆਪਾਂ ਉਹਨੂੰ ਕੀ ਬੋਲਦੇ ਸੀ मैग्मा ਤੇ ਜਿਵੇਂ ਹੀ ਵੈਂਡ ਦੇ ਥਰੂ ਉਹ ਮੋਲਟਰ ਮਟੀਰੀਅਲ ਅਰਥ ਤੇ ਬਾਹਰ ਆ ਗਿਆ ਮੀਨਸ ਅਰਥ ਦੇ ਉੱਪਰ ਆ ਗਿਆ ਬੋਲ ਸਕਦਾ ਔਰ ਦੇ ਸਰਫੇਸ ਤੇ ਆ ਗਿਆ ਤਾਂ ਉਹਨਾਂ ਆਪਾਂ ਕੀ ਬੋਲਾਂਗੇ ਲਾਵਾ ਸੋ ਆਵਲੀ ਲਾਈਨ ਰੀਡ ਕਰੋ ਲਾਵਾ ਇਜ਼ ਨਾਥਿੰਗ ਬਟ ਬਟ ਦਾ ਮੈਗਮਾ ਔਨ ਦਾ ਅਰਥ ਸਰਫੇਸ ওকে ਵਾਂਸ ਥਿਸ ਮੈਗਮਾ ਕੇਮ ਆਊਟ through the earth surface through the vent of a volcano it is called lava i hope thonu samajh lag gaya hoga difference magma te lava de vich tusi diagram ch vi dekh sakde ho lava jadon bahar aa gaya theek hai magma jadon earth de andar hai basically asthenosphere de vich hunda hai magma okay hun next term hai volcanism volcanism da matlab ki hai the process by which solid liquid gases material escape from earth's interior to the surface of earth is known as volcanism ਆਵਲੀ ਪ੍ਰੋਸੈਸ ਜਿਹਦੇ थ्रू ਇਹ ਸਭ ਕੁਝ ਹੋ ਰਿਹਾ ਹੈ ਕਿ ਜਿਹੜਾ ਸੋਲਿਡ ਲਿਕਵਿਡ ਗੈਸਸ ਮਟੀਰੀਅਲ ਅਰਥ ਦੇ ਅੰਦਰ ਹੈ ਉਹ ਅਰਥ ਦੇ ਸਰਫੇਸ ਤੇ ਆ ਰਿਹਾ ਹੈ ਆਪਾਂ ਉਹਨੂੰ ਕੀ ਬੋਲਦੇ ਆ ਵੋਲਕੈਨਿਜ਼ਮ ਸੋ ਹੋਰ ਕਲੀਅਰਿਟੀ ਲਈ ਤੁਸੀਂ ਆਵਲੀ ਇਮੇਜ ਵੀ ਦੇਖ ਸਕਦੇ ਹੋ ਠੀਕ ਹੈ ਜਦੋਂ ਅਰਥ ਦੇ ਅੰਦਰ ਸੀ ਤਾਂ ਮੈਗਮਾ ਜਦੋਂ ਬਾਹਰ ਆ ਗਿਆ ਤਾਂ ਕੀ ਬੋਲਾਂਗੇ ਲਾਵਾ ਨੈਕਸਟ ਹੁਣ ਆਪਾਂ ਦੇਖਦੇ ਆ ਪਾਰਟਸ ਆਫ ਵੋਲਕੈਨੋ ਅਗਰ ਆਪਾਂ ਵੈਸੇ ਦੇਖੀਏ ਤਾਂ ਮੇਨ ਚਾਰ ਪਾਰਟਸ ਹੁੰਦੇ ਆ ਵੋਲਕੈਨੋ ਦੇ ਠੀਕ ਹੈ ਅੱਪਾ ਇਥੇ 4 ਮੇਨ ਪਾਰਟਸ ਦੀ ਗੱਲ ਕਰਾਂਗੇ ਸਭ ਤੋਂ ਪਹਿਲਾ ਜਿਹੜਾ ਪਾਰਟ ਹੈ ਉਹ ਹੈਗਾ ਵੈਂਟ ਸੈਕਿੰਡ ਇਜ਼ ਕ੍ਰੈਟਰ ਥਰਡ ਪਾਰਟ ਹੈ ਮੈਗਮਾ ਫੋਰਥ ਪਾਰਟ ਹੈ ਸਿਲ ਹੁਣ ਦੇਖੋ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹਾਂ ਕਿ ਤੁਹਾਨੂੰ ਬਿਲਕੁਲ ਲੇਮਨ ਟਰਮ ਸਮਝਾਵਾਂ ਆਪਾਂ ਡੈਫੀਨੇਸ਼ਨਸ ਕਿਤੋਂ ਵੀ ਰੀਡ ਕਰ ਸਕਦੇ ਆ ਬਟ ਅਗਰ ਕਨਸੈਪਟ ਸਮਝ ਆਵੇ ਨਾ ਪੇਪਰਸ ਤੁਸੀਂ ਆਰਾਮ ਨਾਲ ਕੁਐਸਚਨ ਅਟੈਂਪਟ ਕਰਕੇ ਆ ਸਕਦੇ ਹੋ ਸਿਰਫ ਥਿਊਰੀ ਪੜਨ ਦੇ ਨਾਲ ਹੀ ਸਭ ਕੁਝ ਨਹੀਂ ਹੁੰਦਾ ਕਈ ਵਾਰ ਚੀਜ਼ਾਂ ਦੇ ਕਨਸੈਪਟਸ ਵੀ ਪਤਾਉਣੇ ਚਾਹੀਦੇ ਨੇ ਓਕੇ ਸੋ ਹੁਣ ਦੇਖੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਵੈਂਟ ਦੀ ਹੁਣ ਵੈਂਟ ਕੀ ਹੁੰਦਾ ਹੈ ਪਿਛਲੇ ਡਾਇਗਰਾਮ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਜਦੋਂ ਵੋਲਕੇਨੋ ਦੀ ਆਪਾਂ ਡੈਫੀਨੇਸ਼ਨ ਕੀਤੀ ਸੀ ਕਿ ਸੁਪੋਜ਼ ਕਰੋ ਅਰਥ ਦੇ ਸਰਫੇਸ ਦੇ ਉੱਪਰ ਇੱਕ ਓਪਨਿੰਗ ਹੈ ਜਿਹਦੇ ਥਰੂ ਜਿਹੜਾ ਮੋਲਟਨ ਲਾਵਾ ਐ ਐਸ਼ਸ ਆ ਰੌਕਸ ਆ ਬਾਹਰ ਆ ਰਹੇ ਹਨ ਉਹ ਓਪਨਿੰਗ ਜਿਹੜੀ ਅਰਥ ਦੇ ਸਰਫੇਸ ਦੇ ਉੱਪਰ ਹੈ ਉਨੋਂ ਆਪਾਂ ਕੀ ਬੋਲਦੇ ਆ ਵੈਂਟ ਓਕੇ ਓਪਨਿੰਗ ਜਿਹੜੀ ਅਰਥ ਦੇ ਸਰਫੇਸ ਦੇ ਉੱਪਰ ਹੈ ਜਿਹਦੇ ਥਰੂ ਵੋਲਕੈਨਿਕ ਮਟੀਰੀਅਲ ਬਾਹਰ ਆ ਰਿਹਾ ਹੈ ਉਹਨੂੰ ਆਪਾਂ ਬੋਲਦੇ ਆ ਵੈਂਟ ਸੋ ਤੁਸੀਂ ਇਹਦੀ ਡੈਫੀਨੇਸ਼ਨ ਲਿਖ ਸਕਦੇ ਹੋ ਐਨ ਓਪਨਿੰਗ ਇਨ ਅਰਥ ਸਰਫੇਸ ਥਰੋ ਵਿਚ ਵੋਲਕੈਨਿਕ ਮਟੀਰੀਅਲ ਐਸਕੇਪਸ ਓਕੇ ਹੁਣ ਇਹ ਵਾਲੀ ਓਪਨਿੰਗ ਦਾ ਜਿਹੜਾ ਮਾਉਥ ਹੋਊਗਾ ਅਰਥ ਦੇ ਸਰਫੇਸ ਦੇ ਉੱਪਰ ਇਹ ਓਪਨਿੰਗ ਦਾ ਜਿਹੜਾ ਮਾਉਥ ਹੋਊਗਾ ਅਰਥ ਦੇ ਸਰਫੇਸ ਦੇ ਉੱਪਰ ਉਹਨੂੰ ਆਪਾਂ ਕੀ ਬੋਲਦੇ ਆ ਕ੍ਰੈਟਰ ਸੋ so, crater is mouth of a volcano ਠੀਕ ਹੈ ਇਹਨੂੰ ਆਪਾਂ ਲਿਖ ਸਕਦੇ ਆ ওপਨਿੰਗ ਇਹਦਾ ਮਾਉਥ ਜਿਹੜਾ ਹੋਊਗਾ ਵੋਲਕੇਨੋ ਦਾ ਉਹਨੂੰ ਆਪਾਂ ਕੀ ਬੋਲਾਂਗੇ crater ਥਰਡ ਮੈਗਮਾ ਮੈਗਮਾ ਤੁਹਾਨੂੰ ਮੈਂ ਦੱਸ ਚੁੱਕੀਏ ਮੈਗਮਾ ਕੀ ਹੁੰਦਾ ਜਿਹੜਾ ਮੋਲਟਨ ਮਟੀਰੀਅਲ ਹੁੰਦਾ ਇਨਸਾਈਡ ਵੋਲਕੇਨੋ ਠੀਕ ਹੈ ਉਹਨੂੰ ਆਪਾਂ ਕੀ ਬੋਲਦੇ ਆ ਮੈਗਮਾ ਉਹ ਤੋਂ ਬਾਅਦ ਨੈਕਸਟ ਟਰਮ ਹੈ ਸਿਲ ਹੁਣ ਸਿਲ ਕੀ ਹੁੰਦੀ ਹੈ ਦੇਖੋ ਅਗਰ ਕੋਈ ਵੀ ਵੋਲਕੇਨੋ ਹੈ ਉਹ ਵੋਲਕੇਨੋ ਦੇ ਵਿੱਚ ਕਿਤੇ ਕਿਤੇ ਕ੍ਰੈਕਸ ਜ਼ਰੂਰ ਹੋਣਗੇ ਠੀਕ ਹੈ ਤੇ ਉਹ क्रैक्स ਦੇ ਵਿੱਚ ਕੀ ਹੁੰਦਾ ਜਿਹੜਾ ਮੈਗਮਾ ਉਹ ਸੋਲਿਡਿਫਾਈਡ ਹੋ ਜਾਂਦਾ ਸੋ ਜਦੋਂ ਮੈਗਮਾ ਸੋਲਿਡਿਫਾਈਡ ਹੋ ਗਿਆ ਉਹ क्रैक्स ਦੇ ਅੰਦਰ ਤਾਂ ਉਹ ਕੀ ਬਣ ਜਾਂਦਾ ਸਿਲ ਠੀਕ ਹੈ ਸੋ ਸਿਲ ਦੀ ਡੈਫੀਨੇਸ਼ਨ ਉਰੇ ਮੈਂ ਲਿਖ ਲੈਣੀ ਹੈ ਇਟ ਇਜ਼ ਅ ਫਲੈਟ ਪੀਸ ਆਫ ਰੌਕ ਫਾਰਮਡ ਵੈਨ ਮੈਗਮਾ hardens in a crack in a volcano okay so hun apna padde hain ki volcanic eruption hon da karan ki hai okay dekho earth hai jado earth bani si us time to leke hun tak earth de andar kafi zyada heat jehdi hai oh trap hui hui hai ਸੈਕਿੰਡ ਅਰਥ ਦੇ ਇੰਟੀਰੀਅਰ ਦੇ ਵਿੱਚ ਕਾਫੀ ਜ਼ਿਆਦਾ ਰੇਡੀਓਐਕਟਿਵ 엘ਿਮੈਂਟਸ ਹਨ ਜਿੰਨਾ ਦੀ ਕੈਮੀਕਲ ਕੰਬੀਨੇਸ਼ਨਸ ਹੁੰਦੀਆਂ ਰਹਿੰਦੀਆਂ ਤੇ ਕੈਮੀਕਲ ਕੰਬੀਨੇਸ਼ਨਸ ਹੋਣ ਦੇ ਕਾਰਨ ਇਹ ਵੀ ਬਹੁਤ ਜ਼ਿਆਦਾ ਹੀਟ ਰਿਲੀਜ਼ ਕਰਦੇ ਆਂ ਓਕੇ ਸੋ ਦੋ ਤਰੀਕੇ ਨਾਲ ਹੀਟ ਹੋ ਗਈ ਇੱਕ ਤਾਂ ਵੈਸੇ ਟ੍ਰੈਪ ਹੋਈ ਹੋਈ ਹੈ ਇੱਕ ਰੇਡੀਐਕਟਿਵ 엘ਿਮੈਂਟਸ ਵੀ ਹੀਟ ਜਨਰੇਟ ਕਰਦੇ ਆਂ ਠੀਕ ਹੈ ਉਤੋਂ ਬਾਅਦ ਹੁਣ ਦੇਖੋ ਹੁਣ ਇੰਨੀ ਜ਼ਿਆਦਾ ਹੀਟ ਜਿਹੜੀ ਉਹ ਜਨਰੇਟ ਹੋਗੀ ਤਾਂ ਇਹਦੇ ਕਰਕੇ ਕੀ ਹੁੰਦਾ ਟੈਂਪਰੇਚਰ ਡਿਫਰੈਂਸ ਕ੍ਰੀਏਟ ਹੋ ਜਾਂਦਾ ਅਰਥ ਦੀ ਇੰਟੀਰੀਅਰ ਤੇ ਆਊਟਰ ਲੇਅਰਸ ਦੇ ਵਿੱਚ ਹੁਣ ਇਹ ਟੈਂਪਰੇਚਰ ਡਿਫਰੈਂਸ ਹੋਣ ਦੀ ਵਜ੍ਹਾ ਤੋਂ ਆਊਟਰ ਕੋਰ ਐਂਡ ਮੈਂਟਲ ਜਿਹੜੀ ਲੇਅਰ ਹੈ ਅਰਥ ਦੀ ਉਹਦੇ ਵਿੱਚ ਬਹੁਤ ਜ਼ਿਆਦਾ ਕਨਵੈਨਸ਼ਨ ਕਰੰਟਸ ਜਨਰੇਟ ਹੁੰਦੀਆਂ ਠੀਕ ਹੈ ਉਨੇ ਕਨਵੈਂਸ਼ਨ ਕਰੰਟਸ ਜਨਰੇਟ ਹੋਣ ਦੀ ਵਜ੍ਹਾ ਤੋਂ ਜਿਹੜਾ ਵੋਲਕੇਨਿਕ ਮਟੀਰੀਅਲ ਅਰਥ ਦੇ ਅੰਦਰ ਹੈ ਉਹ ਅਰਥ ਤੇ ਉੱਪਰ ਆਉਣ ਦੀ ਕੋਸ਼ਿਸ਼ ਕਰਦਾ ਹੈ ਮੀਨਸ ਇੰਟੀਰੀਅਰ ਤੋਂ ਅਰਥ ਦੇ ਸਰਫੇਸ ਤੇ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜਦੋਂ ਉਹਨੂੰ ਕੋਈ ਵੀ ਐਸੀ ਓਪਰਚ्युनिटी ਮਿਲਦੀ ਹੈ ਜਿਹਦੇ ਥਰੂ ਉਹ ਅਰਥ ਤੇ ਸਰਫੇਸ ਤੇ ਆ ਸਕੇ ਉਹ ਆ ਜਾਂਦਾ ਹੈ ਠੀਕ ਹੈ ਸੋ ਜਿਹੜੀਆਂ ਓਪਰਚ्युनिटीਜ਼ ਹਨ ਕਿ ਜਿਹਦੇ ਥਰੂ ਜਿਹੜਾ ਵੋਲਕੇਨਿਕ ਮਟੀਰੀਅਲ ਅਰਥ ਦੇ ਅੰਦਰ ਹੈ ਉਹ ਅਰਥ ਤੋਂ ਬਾਹਰ ਆਵੇ ਉਹ ਓਪਰਚ्युनिटीਜ਼ ਕਿੱਥੇ-ਕਿੱਥੇ ਮਿਲਦੀਆਂ ਹਨ ਤਿੰਨ ਐਸੀ ਲੋਕੇਸ਼ਨਸ ਹੁੰਦੀਆਂ ਪਹਿਲੀ ਹੈ ਜਿੱਥੇ ਜਿਹੜੀਆਂ ਟੈਕਟੋਨਿਕ ਪਲੇਟਸ ਹਨ ਉਹ ਡਾਈਵਰਜ ਹੋ ਰਹੀਆਂ ਹੋਣ ਸੈਕਿੰਡ ਜਿੱਥੇ ਟੈਕਟੋਨਿਕ ਪਲੇਟਸ ਕਨਵਰਜ ਹੋ ਰਹੀਆਂ ਹੋਣ ਤੇ ਥਰਡ ਅਰਥਕਵੇਕ ਦੀ ਵਜਾ ਤੋਂ ਫਾਲਟਸ ਕ੍ਰੀਏਟ ਹੁੰਦੇ ਹਨ ਤੇ ਉਹਦੇ ਥਰੂ ਜਿਹੜਾ ਮੈਗਮਾ ਹੈ ਉਹ ਅਰਥ ਦੇ ਸਰਫੇਸ ਤੇ ਆ ਜਾਂਦਾ ਹੈ ਠੀਕ ਹੈ ਹੁਣ ਆਪਾਂ ਨੇ ਇੱਥੇ ਵਰਡ ਯੂਸ ਕੀਤਾ ਡਾਈਵਰਜੈਂਸ ਤੇ ਕਨਵਰਜੈਂਸ ਹੁਨੇ ਦਾ ਮਤਲਬ ਕੀ ਹੁੰਦਾ ਹੈ ਦੇਖੋ ਅਰਥ ਤੇ ਜਿਹੜਾ ਕਰਸਟ ਪਾਰਟ ਹੈ ਠੀਕ ਹੈ ਉਹ ਕਰਸਟ ਪਾਰਟ ਬੇਸਿਕਲੀ ਪਲੇਟਸ ਹੈ ਬਣਾ ਹੋਇਆ ਹੈ ਡਿਫਰੈਂਟ ਡਿਫਰੈਂਟ ਪਲੇਟਸ ਹੈ ਜਿਨ੍ਹਾਂ ਦੀ ਮੂਵਮੈਂਟ ਹੁੰਦੀ ਰਹਿੰਦੀ ਹੈ ਜਿਹਦੇ ਕਰਕੇ ਅੱਜ ਕੰਟੀਨੈਂਟਸ ਵੀ ਬਣੇ ਹੋਏ ਨੇ ਤੁਸੀਂ ਪਲੇਟ ਟੈਕਟੋਨਿਕ ਥਿਊਰੀ ਦੇ ਬਾਰੇ ਪੱਕਾ ਸੁਣਿਆ ਹੋਊਗਾ ਹੁਣ ਜਿਹੜੀਆਂ ਪਲੇਟਸ ਹੁੰਦੀਆਂ ਨੇ ਇਹਨਾਂ ਦੀ ਮੂਵਮੈਂਟ ਬੇਸਿਕਲੀ ਦੋ ਟਾਈਪ ਦੀ ਹੁੰਦੀ ਹੈ ਜਿਵੇਂ ਸਪੋਜ਼ ਹੈ ਟੂ ਪਲੇਟਸ ਹੈ ਪਲੇਟ 1 ਤੇ ਪਲੇਟ 2 ਜਦੋਂ ਪਲੇਟ ਆਪਸ ਵਿੱਚ ਇੱਕ ਦੂਜੇ ਦੇ ਕਰੀਬ ਆਉਂਦੀਆਂ ਨੇ ਇੱਕ ਦੂਜੇ ਦੇ ਕੋਲ ਆਉਂਦੀਆਂ ਨੇ ਠੀਕ ਹੈ ਉਹਨਾਂ ਆਪਾਂ ਬੋਲਦੇ ਆਂ ਕਨਵਰਜੈਂਸ ਆਫ ਪਲੇਟਸ ਮੀਨਸ ਦੋ ਪਲੇਟਸ ਆ ਜਿਹੜੀਆਂ ਆਪਸ ਵਿੱਚ ਕਨਵਰਜ ਹੋ ਰਹੀਆਂ ਨੇ ਸੈਕਿੰਡ ਇਹਨਾਂ ਦੀ ਮੂਵਮੈਂਟ ਕੀ ਹੁੰਦੀ ਹੈ ਕਿ ਇਹ ਦੋਨੋਂ ਆਪੋਜ਼ਿਟ ਡਾਇਰੈਕਸ਼ਨ ਚ ਮੂਵ ਕਰਦੀਆਂ ਇੱਕ ਦੂਜੇ ਤੋਂ ਮਤਲਬ ਦੂਰ ਜਾਂਦੀਆਂ ਤਾਂ ਉਹਨਾਂ ਆਪਾਂ ਕੀ ਬੋਲਦੇ ਆਂ ਡਾਇਵਰਜੈਂਸ ਠੀਕ ਹੈ ਇਹ ਸਾਰਾ ਪਲੇਟ ਟੈਕਟੋਨਿਕ ਥਿਊਰੀ ਦਾ ਪਾਰਟ ਹੈ ਸੋ ਤੁਸੀਂ ਉਹਨੂੰ ਰੀਡ ਕਰਕੇ ਸਮਝ ਸਕਦੇ ਹੋ ओके ਹਜੇ ਲਈ ਇੰਨਾ ਹੀ ਸਮਝੋ ਸੋ ਜਿੱਥੇ-ਜਿੱਥੇ ਉਹਨੂੰ 20 ਏਰੀਆਜ਼ ਮਿਲ ਗਏ ਉੱਥੋਂ-ਉੱਥੋਂ ਜਿਹੜਾ ਵੋਲਕੇਨਿਕ ਇਰਪਸ਼ਨਸ ਹੈ ਉਹ ਹੁੰਦੀਆਂ ਨੇ ਠੀਕ ਹੈ ਜਿਹੜਾ ਮੈਗਮਾ ਹੈ ਉਹ ਬਾਹਰ ਆਂਦਾ ਹੈ ਇਹ ਹੋ ਗਿਆ ਕੌਜ਼ ਵੋਲਕੇਨਿਕ ਇਰਪਸ਼ਨ ਦਾ ਹੁਣ ਆਪਾਂ ਨੈਕਸਟ ਚੀਜ਼ ਪੜ੍ਹਦੇ ਆਂ ਕਲਾਸੀਫਿਕੇਸ਼ਨ ਆਫ ਵੋਲਕੇਨੋਸ ਓਕੇ ਸਭ ਤੋਂ ਜਿਹੜੀ ਪਹਿਲੀ ਕਲਾਸੀਫਿਕੇਸ਼ਨ ਹੈ ਉਹ ਹੈਗੀ ਹੈ ਔਨ ਦਾ ਬੇਸਿਸ ਆਫ ਲਾਵਾ ਕਿ ਵੋਲਕੇਨੋ ਦੇ ਅੰਦਰ ਲਾਵਾ ਕੈਸਾ ਹੈ ਉਹਦੇ ਬੇਸਿਸ ਤੇ ਆਪਾਂ ਵੋਲਕੇਨੋ ਨੂੰ ਦੋ ਪਾਰਟਸ ਡਿਵਾਈਡ ਕਰ ਸਕਦੇ ਆ ਇਹ ਨਾਮ ਸਾਰੇ ਤੁਸੀਂ ਯਾਦ ਰੱਖਣੇ ਆ ਪਹਿਲਾ ਹੈਗਾ ਐਂਡਿਸਟਿਕ ਐਸਿਡਿਕ ਕੰਪੋਜ਼ਿਟ অর ਸਟ੍ਰੈਟੋ ਵੋਲਕੇਨਿਕ ਲਾਵਾ ਸੈਕਿੰਡ ਇਜ਼ ਬੇਸਿਕ ਬਿਸਾਲਟਿਕ অর ਸ਼ੀਲਡ ਲਾਵਾ ਓਕੇ ਸੋ ਹੁਣ ਆਪਾਂ ਦੋਨਾਂ ਦੇ ਵਿੱਚ ਡਿਫਰੈਂਸ ਦੇਖਦੇ ਆ ਓਕੇ ਐਸਿਡਿਕ ਤੇ ਬੇਸਿਕ ਲਾਵਾ ਦੇ ਵਿੱਚ ਫਰਸਟ ਜਿਹੜਾ ਡਿਫਰੈਂਸ ਹੈ ਐਸਿਡਿਕ ਲਾਵਾ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਸਿਲੀਕਾ ਦੀ ਅਮਾਉਂਟ ਜਿਹੜੀ ਹੁੰਦੀ ਹੈ ਉਹ ਕਾਫੀ ਜ਼ਿਆਦਾ ਹੁੰਦੀ ਹੈ ਠੀਕ ਹੈ ਬਟ ਜਿਹੜਾ ਬੇਸਿਕ ਲਾਵਾ ਹੁੰਦਾ ਇਹਦੇ ਵਿੱਚ ਸਿਲੀਕਾ ਦੀ ਅਮਾਉਂਟ ਤਾਂ ਘੱਟ ਹੁੰਦੀ ਹੈ ਬਟ ਇਹਦੇ ਵਿੱਚ ਆਇਰਨ ਤੇ ਮੈਨਗਨੀਜ਼ ਇਹਦੀ ਅਮਾਉਂਟ ਕਾਫੀ ਜ਼ਿਆਦਾ ਹੁੰਦੀ ਹੈ ਠੀਕ ਹੈ ਸੈਕਿੰਡ ਡਿਫਰੈਂਸ ਕੀ ਹੈ ਹੁਣ ਇਹਦੇ ਵਿੱਚ ਸਿਲੀਕਾ ਦੀ ਅਮਾਉਂਟ ਬਹੁਤ ਜ਼ਿਆਦਾ ਹੈ ਇਸ ਲਈ ਇਹ ਲਾਈਟ ਕਲਰ ਦਾ ਹੁੰਦਾ ਇਦੇ ਵਿੱਚ ਆਇਰਨ ਤੇ ਮੈਗਨੀਸ਼ੀਅਮ ਆਉਂਟ ਜ਼ਿਆਦਾ ਹੈ ਤੇ ਇਹ ਡਾਰਕ ਕਲਰ ਦਾ ਹੁੰਦਾ ਹੈ। ਓਕੇ 3rd ਜਿਹੜਾ ਐਸਿਡਿਕ ਲਾਵਾ ਹੁੰਦਾ ਉਹ ਬਹੁਤ ਜ਼ਿਆਦਾ ਵਿਸਕਸ ਹੁੰਦਾ ਹੈ ਤੇ ਇਹਦਾ ਹਾਈ ਮੈਲਟਿੰਗ ਪੁਆਇੰਟ ਹੁੰਦਾ ਠੀਕ ਹੈ ਤੇ ਹਾਈ ਲਿਖਣਾ ਸੀ ਸੌਰੀ ਤੇ ਇਹਦਾ ਬਹੁਤ ਜ਼ਿਆਦਾ ਹਾਈ ਮੈਲਟਿੰਗ ਪੁਆਇੰਟ ਹੁੰਦਾ ਹੈ। ਬਟ ਜਿਹੜਾ ਬੇਸਿਕ ਲਾਵਾ ਹੁੰਦਾ ਉਹ ਕਾਫੀ ਜ਼ਿਆਦਾ ਫਲੂਇਡ ਹੁੰਦਾ ਹੈ। ਓਕੇ ਹੁਣ ਦੇਖੋ ਆਪਾਂ ਨੇ ਪੜਿਆ ਕਿ ਜਿਹੜਾ ਐਸਿਡਿਕ ਲਾਵਾ ਹੈ ਉਹ ਕਾਫੀ ਜ਼ਿਆਦਾ ਵਿਸਕਸ ਹੈ ਮੀਨਸ ਉਹਦੀ ਮੂਵਮੈਂਟ ਬਹੁਤ ਘੱਟ ਹੁੰਦੀ ਹੈ ਤੇ ਉਹ ਜ਼ਿਆਦਾ ਮੂਵ ਨਹੀਂ ਕਰਦਾ ਜਲਦੀ ਸੋਲਿਡਿਫਾਈਡ ਹੋ ਜਾਂਦਾ ਹੈ ਠੀਕ ਹੈ ਬਟ ਜਿਹੜਾ ਬੇਸਿਕ ਲਾਵਾ ਹੈ ਉਹ ਜ਼ਿਆਦਾ ਮੂਵ ਕਰ ਸਕਦਾ ਹੈ ਹੁਣ ਤੁਸੀਂ ਇੱਕ ਵਾਰ ਇੱਥੇ ਸਮਝੋ ਹੁਣ ਸਪੋਜ਼ ਕਰੋ ਇੱਥੇ ਆਪਾਂ ਐਸਿਡਿਕ ਲਾਵਾ ਵਾਲੇ ਵੋਲਕੇਨੋ ਦੀ ਗੱਲ ਕਰ ਰਹੇ ਹਾਂ ਓਰੇ ਬੇਸਿਕ ਲਾਵਾ ਵਾਲੇ ਵੋਲਕੇਨੋ ਦੀ ਗੱਲ ਕਰ ਰਹੇ ਹਾਂ ਹੁਣ ਆਪਣੇ ਕੋਲ ਇੱਥੇ ਇੱਕ ਐਮੇ ਸਪੋਜ਼ ਕੋਈ ਵੋਲਕੇਨੋ ਹੈ ਠੀਕ ਹੈ ਇੱਥੇ ਵੀ ਕ੍ਰੀਏਟ ਕਰ ਲੈਂਦੇ ਆ ਦੇਖੋ ਜਿਹੜਾ ਤਾਂ ਏ ਦੇ ਵਿੱਚ ਵੋਲ ਸੌਰੀ ਮੈਗਮਾ ਹੈ ਠੀਕ ਹੈ ਉਹ ਕੈਸਾ ਮੈਗਮਾ ਹੈ ਜਿਹੜਾ ਕਿ ਬਹੁਤ ਜ਼ਿਆਦਾ ਵਿਸਕਸ ਹੈ ਸੋ ਜਦੋਂ ਵੋਲਕੈਨਿਕ ਇਰਪਸ਼ਨ ਹੋਈ ਇਹ ਮੈਗਮਾ ਬਾਹਰ ਆ ਗਿਆ ਹੁਣ ਇਹ ਬਹੁਤ ਜ਼ਿਆਦਾ ਵਿਸਕਸ ਹੈ ਤੇ ਦਾ ਮੈਲਟਿੰਗ ਪੁਆਇੰਟ ਬਹੁਤ ਜ਼ਿਆਦਾ ਹਾਈ ਹੈ ਹੁਣ ਇਹਦੀ وجہ ਤੋਂ ਕੀ ਹੁੰਦਾ ਹੈ ਇਹ ਬਹੁਤ ਜਲਦੀ ਸੋਲਿਡਿਫਾਈ ਹੋ ਜਾਂਦਾ ਹੈ ਮੀਨਸ ਇਹ ਜ਼ਿਆਦਾ ਟ੍ਰੈਵਲ ਨਹੀਂ ਕਰਦਾ ਮੈਗਮਾ ਠੀਕ ਹੈ ਜਦੋਂ ਬਾਹਰ ਇਰਪਸ਼ਨ ਹੁੰਦੀ ਹੈ ਇਹ ਜਲਦੀ ਹੀ ਸੋਲਿਡਿਫਾਈ ਕਰ ਜਾਂਦਾ ਹੈ ਜ਼ਿਆਦਾ ਮੂਵ ਨਹੀਂ ਹੁੰਦਾ ਇਹਦੇ ਆਪੋਜ਼ਿਟ ਜਿਹੜਾ ਦੂਜਾ ਵੋਲਕੇਨੋ ਹੈ ਜਿਹਦੇ ਵਿੱਚ ਬੇਸਿਕ ਲਾਵਾ ਹੈ ਉਹਦੇ ਵਿੱਚੋਂ ਜਦੋਂ ਮੈਗਮਾ ਬਾਹਰ ਆਉਂਦਾ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਫਲੂਇਡ ਹੈ ਸੋ ਇਹ ਜ਼ਿਆਦਾ ਦੂਰ ਤੱਕ ਟ੍ਰੈਵਲ ਕਰਦਾ ਹੈ ਓਕੇ ਤੇ ਫਿਰ ਸੋਲਿਡਿਫਾਈ ਹੁੰਦਾ ਹੁਣ ਦੇਖੋ ਅਗਰ ਤੁਸੀਂ ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਦੇਖੋਗੇ ਤਾਂ ਤੁਹਾਨੂੰ ਜਿਹੜਾ ਐਸਿਡਿਕ ਲਾਵਾ ਵਾਲਾ ਵੋਲਕੇਨੋ ਹੈ ਉਹ ਕੌਨ ਸ਼ੇਪ ਦਾ ਨਜ਼ਰ ਆਊਗਾ ਕਿਉਂਕਿ ਜਿਹੜਾ ਮੈਗਮਾ ਬਾਹਰ ਨਿਕਲਦਾ ਹੈ ਉਹ ਜ਼ਿਆਦਾ ਟਰੈਵਲ ਕਿਤੇ ਬਿਨਾ ਸੋਲਿਡਿਫਾਈ ਹੋ ਜਾਂਦਾ ਸੋ ਕੌਨ ਸ਼ੇਪ ਦਾ ਵੋਲਕੇਨੋ ਬਣ ਜਾਂਦਾ ਬਟ ਜਿਹੜਾ ਸੈਕੰਡ ਵਾਲਾ ਹੈ ਜਿਹੜਾ ਜ਼ਿਆਦਾ ਟਰੈਵਲ ਕਰਦਾ ਹੈ ਠੀਕ ਹੈ ਸੋਲਿਡਿਫਾਈ ਹੋਣ ਤੋਂ ਪਹਿਲਾਂ ਉਹਦੀ ਸ਼ੇਪ ਕਿਹੜੀ ਹੁੰਦੀ ਹੈ ਡੋਮ ਸ਼ੇਪ ਸੋ ਯਾਦ ਰੱਖਿਓ ਕਿ ਜਿਹੜਾ ਐਸਿਡਿਕ ਲਾਵਾ ਵਾਲਾ ਵੋਲਕੇਨੋ ਹੁੰਦਾ ਉਹ ਕੌਨ ਸ਼ੇਪ ਦਾ ਹੁੰਦਾ ਇਹਦੇ ਆਪੋਜ਼ਿਟ ਜਿਹੜਾ ਸੈਕਿੰਡ ਵਾਲਾ ਹੈ ਉਹ ਡੋਮ ਸ਼ੇਪ ਦਾ ਹੁੰਦਾ ਹੈ ਓਕੇ ਇੱਥੇ ਤੁਸੀਂ ਦੇਖ ਸਕਦੇ ਹੋ ਨੈਕਸਟ ਹੁਣ ਇੱਕ ਹੋਰ ਗੱਲ ਸੋਚੋ ਇਹਨਾਂ ਦੋਨਾਂ ਵਿੱਚੋਂ ਜ਼ਿਆਦਾ ਐਕਸਪਲੋਸਿਵ ਕਿਹੜਾ ਹੋਊਗਾ ਇੱਕ ਵਾਰ ਸੋਚ ਕੇ ਦੇਖੋ ਫਿਰ ਦੱਸ ਦਿਓ ਦੇਖੋ ਜਿਹੜਾ ਐਸਿਡਿਕ ਲਾਵਾ ਵਾਲਾ ਵੋਲਕੇਨੋ ਹੈ ਉਹ ਜ਼ਿਆਦਾ ਐਕਸਪਲੋਸਿਵ ਹੋਊਗਾ ਐਸ ਕੰਪੇਅਰ ਟੂ ਬੇਸਿਕ ਲਾਵਾ ਵੋਲਕੇਨੋ ਕਿਉਂ ਜਦੋਂ ਇਹਦੇ ਵਿੱਚੋਂ ਮੈਗਮਾ ਬਾਹਰ ਆਊਗਾ ਕਿਉਂਕਿ ਮੈਗਮਾ ਜਿਹੜਾ ਹੈ ਉਹ ਬਹੁਤ ਜਲਦੀ ਸੋਲਿਡਿਫਾਈ ਹੋ ਜਾਂਦਾ ਤਾਂ ਐਵੇਂ ਵੀ ਤਾਂ ਹੋ ਸਕਦਾ ਹੈ ਕਿ ਜਿਹੜੀ ਇਹ ਵੋਲਕੇਨੋ ਦੀ ਓਪਨਿੰਗ ਹੈ ਉਹ ਤੋਂ ਜਦੋਂ ਮੈਗਮਾ ਬਾਹਰ ਆਇਆ ਤਾਂ ਉਹ ਇੱਕਦਮ ਉਥੇ ਸੋਲਿਡਿਫਾਈ ਹੋ ਗਿਆ ਠੀਕ ਹੈ ਹੁਣ ਜਿਹੜਾ ਫਰਦਰ ਹੋਰ ਇਹਦੇ ਅੰਦਰ ਮੈਗਮਾ ਉਹ ਜਦੋਂ ਬਾਹਰ ਆਉਣ ਦੀ ਕੋਸ਼ਿਸ਼ ਕਰੂਗਾ ਇਹਦੀ ਓਪਨਿੰਗ ਤਾਂ ਬੰਦ ਹੋਈ ਹੋਈ ਹੈ ਤਾਂ ਇੱਕੋਦਮ ਜਦੋਂ ਉਹ ਫੋਰਸ ਲਗਾਊਗਾ ਤਾਂ ਐਕਸਪਲੋਸ਼ਨ ਹੋਊਗਾ ਨਾ ਓਕੇ ਸੋ ਜਿਹੜਾ ਐਸਿਡਿਕ ਲਾਵਾ ਵਾਲਾ ਵੋਲਕੇਨੋ ਹੁੰਦਾ ਉਹ ਐਕਸਪਲੋਸਿਵ ਜ਼ਿਆਦਾ ਹੁੰਦਾ ਕਿਉਂਕਿ ਕਈ ਵਾਰ ਉਹਦੀ ਜਿਹੜੀ ਵੈਂਟ ਹੈ ਉਹ ਮੈਗਮਾ ਦੇ ਸੋਲਿਡਿਫਾਈ ਹੋਣ ਦੇ ਨਾਲ ਬੰਦ ਹੋ ਜਾਂਦੀ ਹੈ ਤੇ ਫਰਦਰ ਜਦੋਂ ਮੈਗਮਾ ਬਾਹਰ ਆਉਣ ਦੀ ਕੋਸ਼ਿਸ਼ ਕਰਦਾ ਤਾਂ ਇਕੋਦਮ ਐਕਸਪਲੋਸ਼ਨ ਹੁੰਦਾ ਓਕੇ ਸੋ ਜ਼ਿਆਦਾ ਐਕਸਪਲੋਸਿਵ ਕਿਹੜਾ ਐ ਐਸਿਡਿਕ ਤੇ ਜਿਹੜਾ ਬੇਸਿਕ ਵਾਲਾ ਇਹ ਲੈਸ ਐਕਸਪਲੋਸਿਵ ਹੈ ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਊਗਾ ਠੀਕ ਹੈ ਸੋ ਨੈਕਸਟ ਹੁਣ ਆਪਾਂ ਫਰਦਰ ਕਲਾਸੀਫਿਕੇਸ਼ਨ ਪੜ੍ਹਦੇ ਆਂ ਜਿਹੜੀ ਇਹ ਕਲਾਸੀਫਿਕੇਸ਼ਨ ਹੈ ਇਹ ਹੈਗੀ ਆ ਓਨ ਦਾ ਬੇਸਿਸ ਆਫ ਫ੍ਰੀਕੁਐਂਸੀ ਆਫ ਇਰਪਸ਼ਨ ਕਿ ਕਿੰਨੀ ਵਾਰ ਇਰਪਟ ਹੁੰਦਾ ਹੈ ਜਿਹੜਾ ਵੋਲਕੈਨੋ ਹੈ ਓਕੇ ਹੁਣ ਇੱਥੇ ਤੁਹਾਨੂੰ ਤਿੰਨ ਇਮੇਜ ਦੇ ਵਿੱਚ ਵੋਲਕੈਨੋ ਨਜ਼ਰ ਆ ਰਹੇ ਨੇ ਅਗਰ ਆਪਾਂ ਸਭ ਤੋਂ ਪਹਿਲਾਂ ਦੇਖਿਓ ਬੜਾ ਐਕਟਿਵ ਹੈ ਜਿਹੜਾ ਸੈਕੰਡ ਆਉ ਡੋਰਮੈਂਟ ਹੈ ਤੇ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਾਲੇ ਲੱਗੇ ਹੋਏ ਆ ਜਾਲੇ ਕਦੋਂ ਲੱਗਦੇ ਆ ਕਿਸੇ ਚੀਜ਼ ਨੂੰ ਜੇਕਰ ਆਪਾਂ ਉਹਨੂੰ ਕਾਫੀ ਦੇਰ ਯੂਜ਼ ਨਾ ਕਰੀਏ ਉੱਥੇ ਉਹ ਪਈ ਰਵੇ ਠੀਕ ਹੈ ਤੇ ਥਰਡ ਜਿਹੜਾ ਹੈ ਉੱਤੇ ਤੁਹਾਨੂੰ ਪੱਟੀ ਵਗੈਰਾ ਬੰਨੀ ਦਿਖ ਰਹੀ ਹੈ ਸੋ ਮਤਲਬ ਖਤਮ ਹੀ ਹੈ ਠੀਕ ਹੈ ਹੁਣ ਦੇਖੋ ਜਿਹੜਾ ਐਕਟਿਵ ਵੋਲਕੇਨ ਆਉਂਦਾ ਉਹ ਐਸਾ ਵੋਲਕੇਨ ਆਉਂਦਾ ਜਿਹੜਾ ਕਿ ਇਰਪਟ ਹੁੰਦਾ ਰਹਿੰਦਾ ਮਤਲਬ ਉਹ ਐਕਟਿਵ ਸਟੇਟ 'ਚ ਰਹਿੰਦਾ ਹਮੇਸ਼ਾ ठीक so है सो एक्टिव वॉल कैनो द द वॉल कैनोज इरपटिंग फेयरली फ्रीक्वेंटली आर नोन एज एक्टिव वॉल कैनोज इग्जाम्पल बैरन आइलैंड इन अंडमान एंड निकोबार आइलैंड सैकेंड है डॉरमेंट वॉल कैनो डॉरमेंट वॉल कैनो के क्योंकि तो जाले लगे हुए हैं मतलब काफ़ी देर तो यह एक्टिव होया ही नहीं ठीक है किसी टाइम होया होगा बट काफ़ी देर तो नहीं होया इसलिए जाले लाग गए सो डॉरमेंट वॉल कैनो के ऐसा वॉल कैनो जिदा इरप्शन काफ़ी देर तो टेक प्लेस ਨਹੀਂ ਕਿ ਰੀਸੈਂਟ ਪਾਸਟ ਦੇ ਵਿੱਚ ਵੈਸੇ ਹੁੰਦਾ ਹੋਊਗਾ ਬਟ ਰੀਸੈਂਟ ਪਾਸਟ ਚ ਨਹੀਂ ਹੋਇਆ ਓਕੇ ਸੋ ਉਹਨੂੰ ਬੋਲਦੇ ਆ ਡੋਰਮੈਂਟ ਵੋਲਕੇਨੋ ਇਹਦੀ ਐਗਜ਼ਾਮਪਲ ਹੈ ਮਾਉਂਟ ਕਿਲੀਮੰਜਾਰੋ ਇਨ ਟਾਂਜ਼ਾਨੀਆ ਓਕੇ ਥਰਡ ਐਕਸਟੈਂਟ ਵੋਲਕੇਨੋ ਐਕਸਟੈਂਟ ਵੋਲਕੇਨੋਸ ਐਸੇ ਵੋਲਕੇਨੋਸ ਹੁੰਦੇ ਆ ਜਿਨ੍ਹਾਂ ਦੇ ਬਾਰੇ ਅਗਰ ਆਪਾਂ ਹਿਸਟਰੀ ਦਾ ਪੜ੍ਹਦੇ ਆ ਮਤਲਬ ਉਹਨਾਂ ਦੇ ਪਾਸਟ ਬਾਰੇ ਪੜ੍ਹਦੇ ਆ ਉੱਥੋਂ ਆਪਾਂ ਨੂੰ ਪਤਾ ਲੱਗਦਾ ਹੈ ਵੀ ਕਿਸੇ ਟਾਈਮ ਤੇ ਇਹ ਵੀ ਇਰਪਟ ਹੁੰਦਾ ਸੀ ਠੀਕ ਹੈ ਸੋ ਥੀਜ਼ ਆਰ ਦੋਸ where the volcanic eruption had taken place in historic times but they are not active today example mount kinia in eastern africa okay i hope thonu samajh lag gaye honge eh oh to baad hun apna -pa next paddeya ki jadon volcanic eruptions hunde hain ode ki ki negative impact pende hain eh negative effects ki ne sab to pehla ta tuse khud hi soch sakde ho ki agar koi bhi volcanic eruption kite hunda hai ਤਾਂ ਉਹਦੀ وجہ ਤੋਂ ਬਹੁਤ ਜ਼ਿਆਦਾ ਡਿਸਟਰਕਸ਼ਨ ਹੁੰਦੀ ਹੈ ਠੀਕ ਹੈ ਐਂਡ ਡੈਮੇਜ ਹੁੰਦਾ ਹੈ ਪ੍ਰੋਪਰਟੀ ਨੂੰ ਵੀ ਹੁੰਦਾ ਹੈ এনवायरमेंट ਨੂੰ ਵੀ ਹੁੰਦਾ ਹੈ ਤੇ ਉੱਥੇ ਜਿਹੜੇ ਐਨੀਮਲਸ ਪਲਾਂਟਸ ਰਹਿ ਰਹੇ ਹੁੰਦੇ ਆ ਉਹਨਾਂ ਨੂੰ ਵੀ ਹੁੰਦਾ ਓਕੇ ਸੈਕਿੰਡ ਕੀ ਹੈ ਵੋਲਕੈਨਿਕ ਇਰਪਸ਼ਨਸ ਹੋਣ ਦੇ ਨਾਲ ਵੀ ਕਾਫੀ ਟਾਈਮ ਦੇਖਿਆ ਜਾਂਦਾ ਹੈ ਕਿ ਅਰਥਕਵੇਕਸ ਆ ਜਾਂਦੇ ਆ ਓਕੇ ਸੋ ਅਰਥਕਵੇਕਸ ਨਾਲ ਵੀ ਡਿਸਟਰਕਸ਼ਨ ਹੁੰਦੀ ਹੈ ਨਾ ਥਰਡ Volcanic eruptions ਨਾਲ सुनामीज ਵੀ क्रिएट ਹੋ ਜਾਂਦੀ ਐ ਸੋ ਇਹਨਾਂ ਨਾਲ ਵੀ ਡਿਸਟਰਕਸ਼ਨ ਹੁੰਦਾ ਸੋ ਫੋਰਥ ਕੀ ਐ Volcanic eruption ਦਾ 네ਗੇਟਿਵ ਇਫੈਕਟ ਹੋਰ ਕਿ ਹੁੰਦਾ ਜਦੋਂ Volcanic eruption ਹੁੰਦੀ ਐ ਤਾਂ ਬਹੁਤ ਜ਼ਿਆਦਾ ਹਾਰਮਫੁਲ ਗੈਸੇਜ਼ ਜਿਵੇਂ ਕਿ ਕਾਰਬਨ ਡਾਈਆਕਸਾਈਡ ਹੋਗੀ ਠੀਕ ਐ ਸਲਫਰ ਡਾਈਆਕਸਾਈਡ ਹੋਗੀ ਇਹ ਸਭ ਰਿਲੀਜ਼ ਹੁੰਦੀ ਐ ਤਾਂ ਇਹਦੇ ਨਾਲ এনवायरमेंट ਵੀ ਪੋਲਿਊਟ ਹੁੰਦਾ ਹਿਊਮਨਸ ਤੇ ਵੀ ਅਸਰ ਪੈਂਦਾ ਓਕੇ ਫਰਦਰ ਜਦੋਂ ਸਲਫਰ ਡਾਇਆਕਸਾਈਡ ਨਿਕਲਦੀ ਹੈ ਤਾਂ ਉਹਦੇ ਨਾਲ ਐਸਿਡ ਰੇਨ ਦੀ ਫਾਰਮੇਸ਼ਨ ਵੀ ਹੋ ਸਕਦੀ ਹੈ ਸੋ ਐਸਿਡ ਰੇਨ ਦੀ ਫਾਰਮੇਸ਼ਨ ਹੁੰਦੀ ਹੈ ਨੈਕਸਟ 6ਥ ਕੀ ਹੈ ਓਜ਼ੋਨ ਲੇਅਰ ਵੀ ਡਿਪਲੀਟ ਹੁੰਦੀ ਹੈ ਠੀਕ ਹੈ ਜਦੋਂ ਵੋਲਕੈਨਿਕ ਇਰਪਸ਼ਨਸ ਹੁੰਦੀਆਂ ਕਿਉਂ ਦੇਖੋ ਜਦੋਂ ਵੋਲਕੈਨਿਕ ਇਰਪਸ਼ਨ ਹੁੰਦੀਆਂ ਉਸ ਟਾਈਮ ਤੇ ਸਲਫਰ 에ਰੋਸੋਲਸ ਜਿਹੜੇ ਨੇ ਉਹ ਰਿਲੀਜ਼ ਹੁੰਦੇ ਨੇ ਠੀਕ ਹੈ ਤੇ ਉਹ ਫਰਦਰ ਸਟੈਟੋਸਫੀਅਰ ਚ ਪਹੁੰਚ ਜਾਂਦੇ ਨੇ ਤੇ ਆਪਾਂ ਨੂੰ ਪਤਾ ਹੈ ਸਟੈਟੋਸਫੀਅਰ ਦੇ ਵਿੱਚ ओजोन लेयर ਹੈ ਸੋ ਉਹ ओजोन लेयर ਨੂੰ ਡਿਪਲੀਟ ਕਰਦੇ ਨੇ ਠੀਕ ਹੈ ਤੇ ਵੋਲਕੇਨਿਕ ਇਰਪਸ਼ਨਸ ਨਾਲ ਕਿਉਂਕਿ ਸਲਫਰ 에ਰੋਸੋਲਸ ਕ੍ਰੀਏਟ ਹੁੰਦੇ ਆ ਤਾਂ ਇਹਦੇ ਨਾਲ ਕਈ ਵਾਰ ਟੈਂਪਰੇਚਰ ਜਿਹੜਾ ਹੈ ਉਹ ਵੀ ਕਾਫੀ ਜ਼ਿਆਦਾ ਘਟ ਜਾਂਦਾ ਹੈ ਠੀਕ ਹੈ ਸੋ ਜਿਹਦੇ ਨਾਲ ਕ੍ਰੌਪ ਫੇਲੀਅਰਸ ਵਗੈਰਾ ਜਾਂ ਫਿਰ ਮਾਈਨਜ਼ ਦੀ ਕੰਡੀਸ਼ਨਸ ਵੀ ਆ ਸਕਦੀਆਂ ਨੇ ਸੋ ਇਹ ਹੋ ਗਏ 네ਗੇਟਿਵ ਇਫੈਕਟਸ ਵੋਲਕੇਨਿਕ ਇਰਪਸ਼ਨ ਦੇ ਅਤੇ ਬਾਦੋਂ ਆਪਾਂ 네ਗੇਟਿਵ ਦਾ ਪੜ੍ਹ ਲਿਆ ਕੁਝ ਪੋਜ਼ਿਟਿਵ ਇਫੈਕਟਸ ਦੇ ਬਾਰੇ ਵੀ ਪੜ੍ਹ ਲੈਣੇ ਆ ਕਿ ਵਾਲਕੇਨਿਕ ਇਰਪਸ਼ਨ ਹੋਣ ਦੇ ਨਾਲ ਪੋਜ਼ਿਟਿਵ ਇਫੈਕਟਸ ਕੀ ਪੈਂਦੇ ਆ ਸਭ ਤੋਂ ਪਹਿਲਾਂ ਜਦੋਂ ਵਾਲਕੇਨਿਕ ਇਰਪਸ਼ਨਸ ਹੁੰਦੀਆਂ ਹੁਣ ਮੈਗਮਾ ਜਦੋਂ ਲਾਵਾ ਬਣ ਕੇ ਬਾਹਰ ਨਿਕਲਦਾ ਤਾਂ ਅਗਰ ਉਹ ਕਾਫੀ ਦੇਰ ਐਵੇਂ ਪਿਆ ਰਹੂਗਾ ਤਾਂ ਉਹ ਤੋਂ ਕੋਈ ਨਾ ਕੋਈ ਨਿਊ ਲੈਂਡ ਫਾਰਮ ਦੀ ਕ੍ਰੀਏਸ਼ਨ ਹੋਊਗੀ ਨਾ ਸੋ ਪਹਿਲਾ ਕੀ ਹੈ ਕ੍ਰੀਏਸ਼ਨ ਆਫ ਨਿਊ ਲੈਂਡ ਫਾਰਮ ओके सेकंड ਜਿਹੜਾ ਵੋਲਕੈਨਿਕ ਲਾਵਾ 애ਸ਼ਸ ਵਗੈਰਾ ਨਿਕਲਦੀਆਂ ਨੇ ਠੀਕ ਹੈ ਇਹ ਬਹੁਤ ਜ਼ਿਆਦਾ ਫਰਟਾਈਲ ਹੁੰਦੀ ਹੈ ਸੋ ਪਲਾਂਟਸ ਨੂੰ ਹੈਲਪ ਕਰਦੀਆਂ ਨੇ ਠੀਕ ਹੈ ਕਿਉਂਕਿ ਇਹਨੂੰ ਆਪਾਂ ਕਲਟੀਵੇਸ਼ਨ ਦੇ ਵਿੱਚ ਯੂਜ਼ ਕਰ ਸਕਦੇ ਹਾਂ ਫਰਟਾਈਲ ਮਟੀਰੀਅਲ ਨੂੰ ਉਹ ਤੋਂ ਬਾਅਦ ਥਰਡ ਇਹਨੂੰ ਫਰਟਾਈਲ ਮਟੀਰੀਅਲ ਲਿਖਦੇ ਨੇ ਠੀਕ ਹੈ ਸੋ ਪਲਾਂਟਸ ਦੀ ਕਲਟੀਵੇਸ਼ਨ ਚੂਜ਼ ਹੁੰਦਾ ਹੈ ਥਰਡ ਜਿਹੜਾ ਆਪਣੇ ਕੋਲ ਮੈਗਮਾ ਨਿਕਲਿਆ ਠੀਕ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਮਿਨਰਲ ਰਿਸੋਰਸਸ ਵੀ ਉਹਦੇ ਨਾਲ ਬਾਹਰ ਆਉਂਦੇ ਨੇ ਸੋ ਮਿਨਰਲ ਰਿਸੋਰਸਸ ਮਿਲਦੇ ਆਪਾਂ ਨੈਕਸਟ ਵੋਲਕੈਨਿਕ ਇਰਪਸ਼ਨਸ ਨਾਲ ਗੀਜ਼ਰਸ ਐਂਡ ਸਪ੍ਰਿੰਗਸ ਇਹਨਾਂ ਦੀ ਫਾਰਮੇਸ਼ਨ ਹੁੰਦੀ ਹੈ ਵੋਲਕੈਨਿਕ ਇਰਪਸ਼ਨਸ ਹੋਣ ਦੇ ਨਾਲ ਕਈ ਵਾਰ ਐਸੇ ਲੈਂਡਫਾਰਮਸ ਬਣ ਜਾਂਦੇ ਆ ਜਿਹੜੇ ਕਿ ਐਜ਼ ਅ ਟੂਰਿਸਟ ਸਪੋਰਟਸ ਜਿਨ੍ਹਾਂ ਨੂੰ ਯੂਜ਼ ਕੀਤਾ ਜਾ ਸਕਦਾ ਹੈ ਸੋ ਟੂਰਿਜ਼ਮ ਦੇ ਵਿੱਚ ਹੈਲਪ ਕਰਦੇ ਆ ਠੀਕ ਹੈ ਸੋ ਇਹ ਸੀ ਪੰਜ ਪੋਜ਼ਿਟਿਵ ਇਫੈਕਟਸ ਵੋਲਕੈਨਿਕ ਇਰਪਸ਼ਨ ਦੇ ਹੁਣ ਆਪਾਂ ਨੈਕਸਟ ਦੇਖਦੇ ਆ ਕਿ ਜਿਹੜੇ ਵੋਲਕੈਨੋਜ਼ ਆ ਉਹ ਵਰਲਡ ਦੇ ਵਿੱਚ ਕਿੱਥੇ ਮਿਲਦੇ ਆ ਤੇ ਇੰਡੀਆ ਦੇ ਵਿੱਚ ਕਿੱਥੇ ਮਿਲਦੇ ਆ ਮੇਨ ਜਿਹੜੀ ਵੋਲਕੈਨੋਜ਼ ਦੀ ਡਿਸਟ੍ਰਿਬਿਊਸ਼ਨ ਅਗਰ ਆਪਾਂ ਵਰਲਡ ਦੇ ਵਿੱਚ ਗੱਲ ਕਰੀਏ ਤਾਂ ਸਭ ਤੋਂ ਪਹਿਲੀ ਹੈ ਪੈਸੀਫਿਕ ਰਿੰਗ ਆਫ ਫਾਇਰ ਸੈਕੰਡ ਇਜ਼ ਮਿਡ ਵਰਲਡ ਮਾਊਂਟੇਨ ਬੈਲਟ ਐਂਡ ਥਰਡ ਇਜ਼ ਅਫਰੀਕਨ ਰਿਫਟ ਵੈਲੀ ਬੈਲਟ ओके ਹੁਣ ਦੇਖੋ ਜਿਹੜੀ ਪੈਸੀਫਿਕ ਰਿੰਗ ਆਫ ਫਾਇਰ ਹੈ ਇਹ ਕਿਹੜੀ ਹੋਗੀ ਅਗਰ ਤੁਸੀਂ ਆਹ ਵਾਲਾ ਪੋਰਸ਼ਨ ਦੇਖੋਗੇ ਠੀਕ ਹੈ ਸੋ ਇੱਥੇ ਜਿਹੜਾ ਰੈੱਡ ਰੈੱਡ ਡਾਟਸ ਨਜ਼ਰ ਆ ਰਹੇ ਹਨ ਨਾ ਇਹ ਸਾਰੇ ਵੋਲਕੇਨੋਜ਼ ਹਨ ਇਹਨਾਂ ਨੂੰ ਕੀ ਬੋਲਦੇ ਆਪਾਂ ਰਿੰਗ ਆਫ ਫਾਇਰ ਓਕੇ ਯਾ ਪੈਸੀਫਿਕ ਰਿੰਗ ਆਫ ਫਾਇਰ ਯਾ ਰਿੰਗ ਆਫ ਫਾਇਰ ਇਹ ਸਾਰੇ ਵੋਲਕੇਨੋਜ਼ ਆ ਜਿਹੜਾ ਤੁਹਾਨੂੰ ਇੱਥੇ ਰੈੱਡ ਰੈੱਡ ਨਜ਼ਰ ਆ ਰਹੇ ਹਨ ਨਾ ਇਮੇਜ ਦੇ ਵਿੱਚ ਸੈਕੰਡ ਹੈ ਮਿਡਵਰਡ ਮਾਊਂਟੇਨ ਬੈਲਟ ਮਿਡਵਰਡ ਮਾਊਂਟੇਨ ਬੈਲਟ ਬੇਸਿਕਲੀ ਐਸੀ ਬੈਲਟ ਨੂੰ ਬੋਲਦੇ ਆ ਜਿਹਦੇ ਵਿੱਚ ਫੋਲਡ ਮਾਊਂ ਬੇਸਿਕਲੀ ਐਲਪਾਈਨ ਤੋਂ ਲੈ ਕੇ ਹਿਮਾਲయన్ ਰੀਜਨ ਤੱਕ ਜਿਹੜੇ ਫੋਲਡ ਮਾਊਂਟੇਨਸ ਆ ਉਹਨਾਂ ਵਿੱਚ ਵੋਲਕੈਨਿਕ ਇਰਪਸ਼ਨਸ ਵੀ ਹੁੰਦੇ ਆ ਕਈਆਂ ਕਈਆਂ ਦੇ ਵਿੱਚ ਠੀਕ ਹੈ ਸੋ ਸੋ ਜਿਹੜੀ ਉਹ ਵੋਲਕੈਨੋਸ ਦੀ ਬੈਲਟ ਹੈ ਨਾ ਐਲਪਾਈਨ ਤੋਂ ਲੈ ਕੇ ਹਿਮਾਲయన్ ਮਾਊਂਟੇਨਸ ਦੇ ਵਿੱਚ ਉਹਨਾਂ ਨੂੰ ਆਪਾਂ ਬੋਲ ਦਿੰਦੇ ਆ ਮਿਡਵਰਡ ਮਾਊਂਟਨ ਬੈਲਟ ਓਕੇ 3rd ਅਫਰੀਕਨ ਰਿਫਟ ਵੈਲੀ ਬੈਲਟ ਹੁਣ ਅਗਰ ਅਗਰ ਤੁਸੀਂ ਆਹ ਅਫਰੀਕਾ ਨੂੰ ਦੇਖੋ ਤਾਂ ਇਹਦੇ ਵਿੱਚ ਜਿਹੜੀ ਆਹ ਪੋਰਸ਼ਨ ਹੈ ਠੀਕ ਹੈ ਇਹ ਬੇਸਿਕਲੀ ਕੀ ਹੈ ਅਫਰੀਕਨ ਡ੍ਰਿਫਟ ਵੈਲੀ 벨ਟ ਹੈ ਤੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਰੈੱਡ ਡਾਟ ਇੱਥੇ ਵੀ ਕਾਫੀ ਜ਼ਿਆਦਾ ਵੋਲਕੇਨੋਸ ਪ੍ਰੈਜ਼ੈਂਟ ਹੈ ਓਕੇ ਉਹ ਤੋਂ ਬਾਅਦ ਨੈਕਸਟ ਹੁਣ ਆਪਾਂ ਗੱਲ ਕਰਦੇ ਹਾਂ ਇੰਡੀਆ ਦੇ ਵਿੱਚ ਵੋਲਕੇਨੋਸ ਦੀ ਇੰਡੀਆ ਦੇ ਵਿੱਚ ਸਭ ਤੋਂ ਪਹਿਲਾ ਹੈਗਾ ਬੈਰਨ ਆਇਲੈਂਡ ਠੀਕ ਹੈ ਜਿਹਦੇ ਵਿੱਚ ਆਪਾਂ ਜਦੋਂ ਐਕਟਿਵ ਵੋਲਕੇਨੋਜ਼ ਦੀ ਗੱਲ ਕੀਤੀ ਸੀ ਉਹਦੇ ਵਿੱਚ ਐਗਜ਼ਾਮਪਲ ਦੇ ਤੌਰ ਤੇ ਪੜਿਆ ਸੀ ਨਾ ਬੈਰਨ ਆਈਲੈਂਡ ਸੋ ਬੈਰਨ ਆਈਲੈਂਡ ਆਫ ਅੰਡਮਾਨ ਨਿਕੋਬਾਰ which is in the northern east of Port Blair is a volcanic island ਇੱਥੇ ਤੁਸੀਂ ਦੇਖ ਸਕਦੇ ਹੋ ਬੈਰਨ ਆਈਲੈਂਡ ਠੀਕ ਹੈ ਸੈਕਿੰਡ ਹੈ ਨਾਰਕੋਂਡਮ ਨਾਰਕੋਂਡਮ which is in the north east of barren island is another volcanic island in india ਸੋ ਇੰਡੀਆ ਦੇ ਵਿੱਚ ਕਿਹੜੇ-ਕਿਹੜੇ ਐਕਟਿਵ ਵੋਲਕੇਨੋਜ਼ ਬੋਲ ਸਕਦੇ ਹੋ ਨਾਰਕੋਂਡਮ ਐਂਡ ਸੈਕਿੰਡ ਵਨ ਇਜ਼ ਬੈਰਨ ਆਈਲੈਂਡ ਠੀਕ ਹੈ ਅੰਡਮਾਨ ਨਿਕੋਬਾਰ ਆਈਲੈਂਡਸ ਦੇ ਵਿੱਚ ਤੁਹਾਨੂੰ ਇਹ ਦੇਖਣ ਨੂੰ ਮਿਲ ਸਕਦੇ ਆ ਸੋ ਇਹਨਾਂ ਦੀ ਲੋਕੇਸ਼ਨ ਯਾਦ ਰੱਖਿਓ ਤੇ ਇੰਡੀਆ ਦੇ ਬਾਕੀ ਹੋਰ ਪਾਰਟਸ ਦੇ ਵਿੱਚ ਕਿਤੇ ਵੀ ਐਕਟਿਵ ਵੋਲਕੇਨੋਸ ਪ੍ਰੈਜ਼ੈਂਟ ਨਹੀਂ ਹੈਗੇ ਓਕੇ ਥੈਂਕਸ ਅ ਲੋਟ ਫॉर ਵਾਚਿੰਗ ਮਾਈ ਵੀਡੀਓ ਆਈ ਹੋਪ ਤੁਹਾਨੂੰ ਸਾਰਾ ਸਮਝ ਆ ਗਿਆ ਉਹ ਅੱਜ ਆਪਾਂ ਜੋ ਵੀ ਡਿਸਕਸ ਕੀਤਾ ਮਹਿੰਤੀ ਬੱਚੇ ਦੀ ਆਫੀਸ਼ੀਅਲ ਵੈਬਸਾਈਟ ਹੈ www.mehintibache.com ਤੁਸੀਂ ਇਹਨੂੰ ਜ਼ਰੂਰ ਓਪਨ ਕਰਕੇ ਦੇਖਿਓ ਤੇ ਤੁਹਾਨੂੰ ਕਾਫੀ ਚੀਜ਼ਾਂ ਮਿਲਣਗੀਆਂ ओके सो दैट्स ऑल फॉर टुडे हैव अ नाइस डे ਅچھے ਤਰੀਕੇ ਨਾਲ ਆਪਣੀ ਤਿਆਰੀ ਕਰਦੇ ਰਹੋ ਮਿਲਿਆ ਨੈਕਸਟ ਲੈਕਚਰ ਦੇ ਵਿੱਚ थैंक यू